ਫਿਰੋਜ਼ਪੁਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਇੱਕ ਕਿਸਾਨ ਰੋਜ਼ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਗਿਆ ਸੀ, ਲੇਕਿਨ ਆਪਣੇ ਹੀ ਖੇਤਾਂ ਵਿੱਚ ਬਿਜਲੀ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਕਾਫੀ ਘੰਟੇ ਬੀਤ ਜਾਣ ਤੋਂ ਬਾਅਦ ਜਦੋਂ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਖੇਤਾਂ ਵਿੱਚ ਜਾ ਕੇ ਜਦੋਂ ਵੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕਿਸਾਨ ਪਰਿਵਾਰ ਦਾ ਇੱਕ ਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਸਦੇ 3 ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਪਿੱਛੇ ਰੋਂਦਿਆਂ ਛੱਡ ਗਿਆ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਕੀ ਨਾਮ ਕੀ ਤੁਹਾਡਾ? ਨਛੱਤਰ। ਮੇਰਾ ਨਾਮ ਤਾਂ ਹੈਗਾ ਪੱਪੂ। ਹਾਂਜੀ, ਕੀ ਲੱਗਦਾ ਸੀ? ਮੇਰਾ ਬੇਟਾ ਸੀ। ਤੇ ਕਿੰਨੀ ਉਮਰ ਸੀ? ਉਹਦੀ ਉਮਰ ਹੈਗੀ 38 ਸਾਲ ਦੀ। ਤੇ ਕੀ ਨਾਮ ਕੀ ਸੀਗਾ? ਨਛੱਤਰ ਸਿੰਘ। ਨਛੱਤਰ ਸਿੰਘ ਵਿਆਹ ਸੀਗਾ? ਹਾਂਜੀ, 2 ਗੁੱਡੀਆਂ ਤੇ 1 ਮੁੰਡਾ ਹੈ। ਤੇ ਕੀ ਕਰਦਾ? ਕੀ ਖੇਤੀਬਾੜੀ। ਹੋਇਆ ਕੀ? ਮੋਟਰ ਚਲਾਉਣ ਗਿਆ ਸੀ ਤੇ ਉੱਤੇ ਉਹਨੂੰ ਲਾਈਟ ਲੱਗ ਗਈ। ਮੋਟਰ ਚਲਾਉਣ ਗਿਆ? ਹਾਂਜੀ। ਖੇਤਾਂ 'ਚ ਖੇਤੀ ਕਰ ਰਿਹਾ ਸੀਗਾ? ਹਾਂਜੀ ਹਾਂਜੀ। ਕਿ ਬਿਜਲੀ ਚਾਣ ਕਿਵੇਂ ਆ? ਪਤਾ ਨਹੀਂ ਹੁਣ ਕੀ ਬਣਿਆ ਉਹਨੂੰ। ਜਦੋਂ ਅੰਦਰ ਮੋਟਰ ਚਲਾਉਣ ਗਿਆ ਤੇ ਉੱਥੇ ਚਾਣ ਕੇ ਬੱਤੀ ਲੱਗ ਗਈ ਤੇ ਉੱਥੇ ਹੀ ਡਿੱਗ ਪਿਆ ਸਾ। ਅਸੀਂ ਤਾਂ ਵੇਖਿਆ ਘੜੇ 2 ਘੜੇ ਬਾਅਦ ਕਿ ਲਟਕਿਆ ਪਿਆ ਸੀਗਾ। ਹਾਂਜੀ। ਅੱਛਾ, ਜਦੋਂ ਦੇਖਿਆ ਕੀ ਹੋਇਆ ਸੀ? ਮੁੜ ਕੇ ਲੈ ਕੇ ਗਏ ਕਿਤੇ? ਗਏ ਕਿ ਲੈ ਕੇ ਗਿਆ ਸੀ ਬਾਗੀ ਹੋਸਪਿਟਲ, ਪਰ ਉਹਨਾਂ ਕਿਹਾ ਮਰਿਆ ਖੋਜ ਕਰ ਦਿੱਤਾ, ਡੈਥ ਹੋ ਚੁੱਕੀ। ਹਾਂਜੀ। ਹੁਣ ਕੀ ਮੰਗਦੇ ਸਰਕਾਰ? ਹੁਣ ਅਸੀਂ ਇਹਨੇ ਵੀ ਸਾਨੂੰ ਕੋਈ ਸਰਕਾਰ ਮਦਦ ਹੁੰਦੀ ਤਾਂ ਕਰੇ ਸਾਡੀ। ਜ਼ਮੀਨ ਕਿੰਨੀ ਸੀ? ਜ਼ਮੀਨ ਹੈਗੀ ਸਾਡੇ ਕੋਲ 8 ਕਿੱਲੇ ਆਪਣੀ ਸੀ। ਹਾਂ, ਉਹ ਵੀ ਸਰਕਾਰੀ ਕੱਚੀ ਪੈਲੀ। ਖੇਤਾਂ 'ਚ ਖੇਤੀ ਕਰ ਰਿਹਾ ਸੀ? ਹਾਂਜੀ। ਮੰਗ ਸਰਕਾਰ ਕੋਲ ਮਦਦ ਕਰੇ। ਸਰਕਾਰ ਕੋਲੋਂ ਮੰਗਦੇ ਹਾਂ ਵੀ ਸਾਡੀ ਸਹੂਲਤ ਕਰੇ। 2 ਬੱਚੀਆਂ ਨੇ, ਇੱਕ ਲੜਕਾ ਹੈ, ਸਾਨੂੰ ਕੋਈ ਸਹੂਲਤ ਦੇਵੇ। ਉਹਨਾਂ ਦਾ ਪਾਲਣ ਪੋਸ਼ਣ ਉਹੀ ਕਰਦਾ ਸੀ ਸਾਰਾ ਜੀ। ਹਾਂਜੀ। ਮੇਰੀ ਤਾਂ ਕੋਈ ਗੋਡਿਆਂ ਤੇ ਨਹੀਂ ਟੁਰਿਆ ਜਾਂਦਾ, ਮੈਂ ਤਾਂ ਬੁੱਢਾ ਹੋ ਗਿਆ। ਤੇ ਵੀ ਕੰਮ ਸਾਰਾ ਉਹੀ ਕਰਦਾ ਸੀ। ਕਿੰਨੇ ਬੱਚੇ ਨੇ? ਹੈਂ, ਕਿੰਨੇ ਬੱਚੇ ਨੇ? ਉਹਦੇ ਬੱਚੇ 2 ਛੋਟੇ ਨੇ, 2 ਲੜਕੀਆਂ ਤੇ 1 ਲੜਕਾ ਹੈ। ਦੋ ਛੋਟੇ ਨੇ, 12ਵੀਂ ਚ ਪੜ੍ਹਦੀ ਤੇ 10ਵੀਂ ਚ ਪੜ੍ਹਦੀ, ਉਹ 9ਵੀਂ ਚ ਮੁੰਡਾ ਪੜ੍ਹਦਾ। ਸਰਕਾਰੀ ਮਦਦ ਮਿਲਣੀ ਚਾਹੀਦੀ। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰਤਨ ਹੈ। ਰਤਨ ਕੀ ਲੱਗਦਾ ਸੀ? ਮੇਰਾ ਬ੍ਰਦਰ ਸੀ ਵੱਡਾ। ਤੁਹਾਡੇ ਤੋਂ ਵੱਡਾ ਹੈਗਾ? ਹਾਂਜੀ। ਕਿੰਨੀ ਉਮਰ ਸੀ ਤੇ ਕੀ ਨਾਮ ਸੀ? ਉਹਦਾ ਨਾਮ ਨਛੱਤਰ ਸੀ, ਉਹਦੀ 38 ਸਾਲ ਉਮਰ ਸੀ। ਉਹ ਮੇਰੇ ਤੋਂ ਵੱਡਾ ਸੀ ਤੇ ਵੀ ਅਸੀਂ ਅਲੱਗ ਅਲੱਗ ਰਹਿੰਦੇ। ਘਰ ਦਾ ਉਹਨਾਂ ਦਾ ਮੋਢੀ ਉਹੀ ਸੀਗਾ ਜੋ ਦੁਨੀਆਂ ਤੋਂ ਚਲਾ ਗਿਆ। ਵੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਨੇ ਆ ਵੀ ਉਹਦੇ ਬੱਚਿਆਂ ਨੂੰ ਜ਼ਰੂਰ ਨੌਕਰੀ ਮਿਲੇ। ਕਿੰਨੇ ਬੱਚੇ ਸੀਗੇ? 2 ਬੇਟੀਆਂ 1 ਬੇਟਾ। 2 ਬੇਟੀਆਂ 1 ਬੇਟਾ। ਹਾਂਜੀ। ਪੜ੍ਹਦੇ ਸੀਗੇ? ਹਾਂਜੀ ਹਾਂਜੀ ਪੜ੍ਹਦੇ ਸੀਗੇ। ਹਾਂਜੀ। ਅੱਛਾ ਅੱਛਾ। ਤੇ ਉਹਦੇ ਅਚਾਨਕ ਕਿਸਾਨ ਛੋਟਾ ਹੀ ਵੱਡਾ ਹੈ? ਛੋਟਾ ਕਿਸਾਨ ਸੀ ਨਾ, ਵੀ ਖੇਤਾਂ ਨੂੰ ਪਾਣੀ ਲਾਉਣ ਗਿਆ, ਅੰਦਰ ਮੋਟਰ ਤੇ ਅਚਾਨਕ ਲੈਟ ਲੱਗ ਗਈ। ਕਰੀਬ 7:45 ਦਾ ਟਾਈਮ ਸੀ ਨਾ, ਸਾਨੂੰ ਪਤਾ ਲੱਗਾ ਵੀ 9:30 ਪਤਾ ਲੱਗਾ। ਅਸੀਂ ਬਾਗੀ ਹੋਸਪਿਟਲ ਲੈ ਕੇ ਗਏ, ਬਚਾਉਣ ਦੀ ਕੋਸ਼ਿਸ਼ ਕੀਤੀ। ਬਚਾਉਣ ਦੀ ਕੋਸ਼ਿਸ਼ ਆਪਦੀ ਪੂਰੀ ਬਾਹ ਲਾਈ, ਪਰ ਉਹਨਾਂ ਅੱਗੋਂ ਹੀ ਕਹਿ ਦਿਆ ਵੀ ਡੈਥ ਹੋ ਚੁੱਕੀ। ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਵੀ ਉਹਦੀਆਂ ਬੱਚੀਆਂ ਨੂੰ ਵੀ ਕੋਈ ਨੌਕਰੀ ਜਾਂ ਕੋਈ ਸਹੂਲਤ ਦਿੱਤੀ ਜਾਵੇ। ਮੈਂ ਤਾਂ ਛੋਟਾ ਬ੍ਰਦਰ ਹੈ, ਮੈਂ ਆਪ ਹੈਂਡੀਕੈਪ ਹਾਂ, ਵੀ ਇਹਨਾਂ ਨੂੰ ਸਰਕਾਰ ਕੋਈ ਮੁਆਵਜ਼ਾ, ਕੋਈ ਅੱਛਾ ਬੱਚਿਆਂ ਨੂੰ ਪਾਲਣ ਪੋਸ਼ਣ ਹੋਵੇ। ਕੀ ਨਾਮ ਤੇ ਕੀ ਲੱਗਦਾ ਸੀ ਤੁਹਾਡਾ? ਮੇਰੇ ਪਾਪਾ ਸੀਗੇ, ਨਛੱਤਰ ਹੀ ਉਹਨਾਂ ਦਾ ਨਾਮ, ਮੇਰਾ ਸਨ ਹੈ। ਪਾਪਾ ਸੀਗੇ ਮੇਰੇ। ਹਾਂ, ਕੀ ਕਰਨ ਗਏ ਸੀ? ਖੇਤੀ 'ਚ ਗਏ ਸੀ, ਕੰਮ ਕਰ ਰਹੇ ਸੀ ਉੱਥੇ।
ਲਾਈਟ ਲੱਗ ਗਈ ਚਾਨਣ ਹੈ। ਹਾਂਜੀ ਇੱਥੋਂ ਵੀ। ਹਾਂਜੀ ਹੁਣ ਕੀ ਮੰਗਦੇ ਤੁਸੀਂ? ਇਹ ਮੰਗਦੇ ਕਿ ਸਰਕਾਰ ਸਾਨੂੰ ਕੋਈ ਸਹੂਲਤ ਦੇਵੇ, ਸਾਡਾ ਆਸਰਾ ਹੋਈ ਸੀ ਗਿਆ ਚਲੋ। ਤੁਸੀਂ ਇੱਕ ਲੜਕੀ ਹੋਣ ਦੇ ਨਾਤੇ ਕਿੰਨੀਆਂ ਭੈਣਾਂ ਤੇ ਕਿੰਨੇ? ਦੋ ਸਿਸਟਰ ਹੈ, ਵੱਡੇ ਨੇ, ਮੈਂ ਛੋਟੀ ਹਾਂ। ਉਹੀ ਸਾਰਾ? ਹਾਂਜੀ। ਹੁਣ ਮੰਗੇ ਤੁਹਾਡੇ ਸਰਕਾਰ ਕੀ ਮੰਗ? ਕੁਛ ਵੀ ਨਹੀਂ, ਕੋਈ ਸਹੂਲਤ ਦੇ ਦੇਣ ਸਾਨੂੰ ਕੁਛ। ਬੱਚੇ ਨੂੰ ਨੌਕਰੀ ਮਿਲ ਜਾਵੇ ਛੁੱਟੀ, ਜਿਹੜੀ 12ਵੀਂ ਚ ਪੜ੍ਹਦੀ। ਨਾਮ ਤੁਹਾਡਾ? ਮੇਰਾ ਨਾਮ ਸੋਨੀਆ। ਹਾਂਜੀ ਸੋਨੀਆ। ਸੋਨੀ ਕੀ ਲੱਗਦੇ ਸੀ? ਮੇਰੇ ਬ੍ਰਦਰ ਸੀ। ਬ੍ਰਦਰ ਸੀਗੇ? ਹਾਂਜੀ। ਤੇ ਕਿਸ ਤਰ੍ਹਾਂ ਡੈਥ ਹੋ ਗਈ, ਕੀ ਕਾਰਨ? ਅਚਾਨਕ ਹੀ ਮੋਟਰ ਤੇ ਗਿਆ ਸੀ ਪਾ, ਹੈ ਉੱਥੋਂ ਉਹਨਾਂ ਨੂੰ ਬਿਜਲੀ। ਕੀ ਇੱਕ ਛੋਟਾ ਕਿਸਾਨ ਸੀਗਾ? ਕਿਸ ਤਰ੍ਹਾਂ ਛੋਟਾ ਕਿਸਾਨ ਸੀਗਾ? ਅੱਛਾ ਤੇ ਗਏ, ਡੈਥ ਹੋ ਗਈ, ਕੀ ਕਰਨ ਗਏ ਸੀ? ਪਾਣੀ ਲਾਉਣ ਲੱਗੇ ਸੀ ਘਰ, ਮੋਟਰ ਚਲਾਉਣ ਲੱਗੇ ਉੱਥੋਂ ਲਾਈਟ। ਮੋਟਰ ਅਚਾਨਕ ਬਿਜਲੀ ਲੱਗੀ ਕਿਸ ਤਰ੍ਹਾਂ? ਹਾਂਜੀ। ਤੇ ਕਿੰਨਾ ਪਰਿਵਾਰ ਹੈ ਨਾ, ਮਤਲਬ ਜਿਹੜਾ ਉਹਨਾਂ ਨੂੰ ਸੰਭਾਲ ਰਿਹਾ ਸੀ? ਦੋ ਕੁੜੀਆਂ ਹੈ ਤੇ ਇੱਕ ਬੇਟਾ ਉਹਨਾਂ ਦੀ, ਤੇ ਮੰਮੀ ਡੈਡੀ ਉਹਨਾਂ ਕੋ ਜ਼ਰੂਰ ਗਿਆ ਮੰਮੀ ਡੈਡੀ ਦਾ। ਅੱਛਾ ਇਹੀ ਸਹਾਰਾ ਸੀਗਾ ਉਹਨਾਂ ਦਾ? ਹਾਂਜੀ ਇਹੀ ਕੰਮ ਕਰ ਵੀ ਉਹੀ ਕਰਦੇ ਸੀ, ਸਾਰਾ ਸੰਭਾਲ ਹੀ ਇਹਨਾਂ ਨੂੰ ਰਹਿ ਸੀ। ਇਹ ਡੈਥ ਕਿਵੇਂ, ਰਾਤ ਨੂੰ ਗਏ ਜਾਂ ਸਵੇਰੇ ਗਏ? ਸਵੇਰੇ ਗਏ। ਸਵੇਰੇ ਗਏ ਨੇ ਪਾਣੀ ਲਾਉਣ, ਉਸ ਤੋਂ ਬਾਅਦ ਤੁਹਾਨੂੰ ਕੀ ਮੈਸੇਜ ਆਇਆ? ਮੈਸੇਜ ਇਹ ਆਇਆ ਕਿ ਬਿਜਲੀ ਲੱਗ ਗਈ ਉਹਨਾਂ ਦੀ, ਡੈਥ ਹੋ ਗਈ। ਬਿਜਲੀ ਲੱਗ ਗਈ? ਹਾਂਜੀ। ਤੇ ਤੁਸੀਂ ਫਿਰ ਹਸਪੀਟਲ ਲੈ ਕੇ ਗਏ? ਨਹੀਂ ਉਹ ਉੱਥੇ ਹੀ ਡੈਥ ਹੋ ਗਈ, ਬਾਗੀ ਚ ਲੈ ਕੇ ਗਿਆ, ਪਰ ਉਹ ਕਹਿੰਦੇ ਡੈਥ ਹੋ ਗਈ। ਡੈਥ ਹੋ ਗਈ? ਸਰਕਾਰ ਤੋਂ ਤੁਹਾਡੀ ਕੋਈ? ਸਰਕਾਰ ਤੋਂ ਇਹ ਮੰਗ ਹੈ ਕਿ ਉਹਨਾਂ ਦੀਆਂ ਬੇਟੀਆਂ ਨੇ, ਦੋ, ਇੱਕ ਉਹਨਾਂ ਦਾ ਬੇਟਾ ਹੈ, ਉਹਨਾਂ ਨੂੰ ਵਧੀਆ ਸਹੂਲਤ ਦਿੱਤੀ ਜਾਵੇ। ਸਰਕਾਰ ਉਹਨਾਂ ਨੂੰ ਜੋ ਵੀ ਮੰਗਾਂ ਉਹਨਾਂ ਦੀਆਂ ਬੇਟੀਆਂ ਨੂੰ ਪੂਰੀਆਂ ਕੀਤੀਆਂ ਜਾਣ ਉਹਨਾਂ ਨੂੰ। ਕਰ